ਦੇਖੋ ਤੁਹਾਡਾ ਸਵਾਗਤ ਹੈ ਸਾਡੀ ਧਰਤੀ ਸਾਡੇ ਲੋਕ ਇਸ ਵਕਤ ਬਹੁਤ ਵੱਡੀ ਖਬਰ ਮੱਲਾ ਵਾਲਾ ਰੇਲਵੇ ਸਟੇਸ਼ਨ ਤੋਂ ਹੈ ਜਿੱਥੇ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀ ਜਿਹੜੀ ਖਾਦ ਦੀ ਲੱਦੀ ਹੋਈ ਜਿਹੜੀ ਫਿਰੋਜ਼ਪੁਰ ਤੋਂ ਚੱਲ ਕੇ ਮੱਲਾ ਵਾਲਾ ਰੇਲਵੇ ਸਟੇਸ਼ਨ 'ਤੇ ਪਹੁੰਚੀ ਇਸ ਵਕਤ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਜਿਹੜਾ ਟ੍ਰੇਨ ਰੋਕ ਕੇ ਮੱਲਾ ਵਾਲੇ ਆਪਣਾ ਰੋਸ ਨਜ਼ਾਰਾ ਕਰ ਰਹੇ ਆ ਇਸ ਟ੍ਰੇਨ ਦੇ ਵਿੱਚ ਜਿਹੜਾ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਵੱਡੀ ਤ੍ਰਾਸਦੀ ਹੈ ਕਦੇ ਤਾਂ ਜਦੋਂ ਲੋੜ ਹੁੰਦੀ ਬਾਰਦਾਨੇ ਦੀ ਬਾਰਦਾਨਾ ਮੁੱਕ ਜਾਂਦਾ ਅਤੇ ਜਦੋਂ ਲੋੜ ਹੁੰਦੀ ਖਾਦ ਦੀ DAP ਖਾਦ ਦੀ ਉਹ ਖਾਦ ਮੁੱਕ ਜਾਂਦੀ ਹੈ ਜਦੋਂ ਯੂਰੀਆ ਖਾਦ ਦੀ ਲੋੜ ਹੁੰਦੀ ਉਹ ਯੂਰੀਆ ਖਾਦ ਮੁੱਕ ਜਾਂਦੀ ਇਸ ਜਿਹੜਾ ਪਿੱਛੇ ਕਰਪਸ਼ਨ ਦੇ ਪਿੱਛੇ ਸਾਰਾ ਇਹ ਸਾਰਾ ਜਿਹੜਾ ਵਰਤਾਰਾ ਇਹਦੇ ਪਿੱਛੇ ਕੀ ਕਾਰਨ ਹੈ ਕਿਵੇਂ ਸਾਰਾ ਇਹ ਵਾਕਿਆ ਹੋਇਆ ਟ੍ਰੇਨ ਰੁਕ ਗਈ ਕਿਉਂ ਰੁਕ ਗਈ ਹੈ ਇਸ ਵਕਤ ਸਾਡੇ ਨਾਲ ਵੱਖ ਵੱਖ ਕਿਸਾਨ ਆਗੂ ਮੌਜੂਦ ਨੇ ਵੱਖ ਵੱਖ ਜਥੇਬੰਦੀਆਂ ਜਾਓ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਰਣਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦਾ ਜ਼ਿਲ੍ਹਾ ਖਜ਼ਾਨਚੀ ਆ ਰਣਜੀਤ ਸਿੰਘ ਅੱਜ ਬੇਨਤੀ ਜਿਹੜੀ ਅਸੀਂ ਸਾਨੂੰ ਟ੍ਰੇਨ ਰੋਕਣ ਦੀ ਨੌਬਤ ਕਿਉਂ ਆਈ ਵੀ ਜਿਹੜੀ ਬਹੁਤ ਵੱਡੀ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਉਸ ਨੂੰ ਰੋਕਣ ਦੀ ਖਾਤਰ ਜਿਹੜਾ ਇਹ ਸੰਘਰਸ਼ ਸਾਨੂੰ ਕਰਨਾ ਪਿਆ ਜਿਸ ਦੇ ਤਹਿਤ ਅਸੀਂ 2-3 ਵਾਰਾਂ DC ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਵੀ ਕਿਸਾਨਾਂ ਦੀ ਬਹੁਤ ਵੱਡੀ ਲੁੱਟ ਹੋ ਰਹੀ ਹੈ ਜਿਸ ਲੁੱਟ ਨੂੰ ਰੋਕਿਆ ਜਾਵੇ ਵੀ ਜੇ ਕਿਸਾਨ 1200 ਰੁਪਏ ਦੀ DAP ਦੀ ਬੋਰੀ ਦੀ ਮੰਗ ਕਰਦੇ ਨੇ ਤਾਂ ਉਹ ਬਿਲਕੁਲ ਨਹੀਂ ਮਿਲ ਰਹੀ ਨਾ ਸੁਸਾਇਟੀਆਂ 'ਚ ਖਾਦ ਪਹੁੰਚ ਰਹੀ ਹੈ ਅਤੇ ਜੇ ਉਹੀ ਕਿਸਾਨ ਹਨੇਰੇ ਸਵੇਰੇ 1500-1600 ਰੁਪਇਆ ਦੇਣ ਅਤੇ ਫਿਰ ਪ੍ਰਾਈਵੇਟ ਖਾਦ ਉਹਨਾਂ ਨੂੰ ਜਿੰਨੀ ਮਰਜ਼ੀ ਲਵਾ ਲਓ ਇਹ ਐਡੀ ਵੱਡੀ ਲੁੱਟ ਪ੍ਰਸ਼ਾਸਨ ਦੀਆਂ ਅੱਖਾਂ ਦੇ ਸਾਹਮਣੇ ਹੋ ਰਹੀ ਹੈ ਅਸੀਂ ਬੜੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨੂੰ ਜਗਾਉਣ ਦੀ ਪਰ ਪ੍ਰਸ਼ਾਸਨ ਘੂਕ ਨੀਂਦ ਸੁੱਤਾ ਪਿਆ ਜਿਹੜਾ ਕੁਛ ਵੀ ਇਸ 'ਤੇ ਕਾਰਵਾਈ ਨਹੀਂ ਕਰਦਾ ਜਿੱਥੇ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਕੱਲ੍ਹ ਦਾ ਫਿਰੋਜ਼ਪੁਰ ਰੇਲਵੇ ਸਟੇਸ਼ਨ 'ਤੇ ਧਰਨਾ ਲਗਾਇਆ ਸੀ ਵੀ ਇੱਥੇ DAP ਦੀ ਜਿਹੜੀ ਟ੍ਰੇਨ ਆ ਰਹੀ ਹੈ ਉਹ ਅਸੀਂ ਕਿਸਾਨਾਂ ਨੂੰ ਇੱਥੋਂ ਵੰਡਾਵਾਂਗੇ ਅਤੇ ਜਿਸ ਦੇ ਕਾਰਨ ਇਹਨਾਂ ਨੇ ਉੱਥੇ ਟ੍ਰੇਨ ਗਾਇਬ ਕਰ ਲਈ ਜਿਸ 'ਤੇ ਗੁੱਸੇ ਦੇ ਵਿੱਚ ਆ ਕੇ ਸਾਰੀਆਂ ਜਥੇਬੰਦੀਆਂ ਨੇ ਉੱਥੇ ਜਿਹੜਾ ਸੀ ਪੁਲ ਰੇਲਵੇ ਪੁਲ ਉੱਥੇ ਧਰਨਾ ਲਗਾ ਦਿੱਤਾ ਗਿਆ ਉੱਥੋਂ ਇਹਨਾਂ ਨੇ ਕੀ ਕੀਤਾ ਵੀ ਇਹ ਟ੍ਰੇਨ ਉੱਥੋਂ ਭਜਾ ਕੇ ਇਹਨਾਂ ਨੇ ਇੱਧਰ ਨੂੰ ਜਲੰਧਰ ਵਾਲੀ ਸਾਈਡ ਨੂੰ ਉੱਥੋਂ ਇੱਧਰ ਨੂੰ ਭਜਾ ਦਿੱਤੀ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਪ੍ਰਸ਼ਾਸਨ ਵੀ ਗਿਆ ਉਹਨਾਂ ਨੇ ਕੋਈ ਠੋਸ ਗੱਲ ਦਾ ਜਵਾਬ ਨਹੀਂ ਦਿੱਤਾ ਵੀ ਇਹ ਖਾਦ ਕਿੱਥੋਂ ਦੀ ਹੈ ਕਿੱਥੇ ਲੈਣੀ ਹੈ ਕਿੱਥੇ ਨਹੀਂ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਖਾਦ ਜਿੱਥੇ ਮਰਜ਼ੀ ਜਾਵੇ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ ਪਰ ਅਸੀਂ ਇਹ ਗੱਲ ਕਹਿੰਦੇ ਹਾਂ ਜਿਹੜੇ ਵੱਡੇ ਵੱਡੇ ਚੋਰ ਬੈਠੇ ਨੇ ਡਾਕੂ ਬੈਠੇ ਨੇ ਜਿਹੜੇ ਇਹਨਾਂ ਨੇ ਬਿੱਲੇ ਪਾਲੇ ਹੋਏ ਨੇ ਕਿ ਉਹਨਾਂ ਤੋਂ ਬਚਾਈ ਜਾਵੇ ਸੁਸਾਇਟੀਆਂ ਨੂੰ ਖਾਦ ਦਿੱਤੀ ਜਾਵੇ ਅਤੇ ਸੁਸਾਇਟੀਆਂ ਦੇ ਵਿੱਚੋਂ ਜਿਹੜੀ ਲੋਕਾਂ ਨੂੰ ਖਾਦ ਦਿੱਤੀ ਜਾਵੇ ਪਿੱਛੇ ਇਹਨਾਂ ਨੇ ਕਿਹਾ ਸੀ ਵੀ ਇਫਕੋ ਦਾ ਰੈਕ ਬਿਲਕੁਲ ਸੁਸਾਇਟੀਆਂ ਦਾ ਆਇਆ ਅਸੀਂ ਸਾਰੀ ਖਾਦ ਸੁਸਾਇਟੀਆਂ 'ਚ ਪੁੱਜਦੀ ਕਰਾਂਗੇ ਅਤੇ ਕਿਸਾਨਾਂ ਨੂੰ ਮਿਲੇਗੀ ਜਿਹੜੀ ਜਿੰਦੇ ਜਿਹੜਾ ਹੋਇਆ ਨਹੀਂ ਉਸਦੇ ਹੋਇਆ ਬਿਲਕੁਲ ਉਲਟੇ ਵੀ ਜਿਹੜੀ ਸੁਸਾਇਟੀਆਂ ਦੇ ਵਿੱਚ ਖਾਦ ਮਿਲਣ ਦੇ ਬਾਵਜੂਦ ਲੋਕਾਂ ਨੂੰ ਉਹ ਜਿਹੜੀ ਪ੍ਰਾਈਵੇਟ ਏਜੰਸੀਆਂ ਦੇ ਕੋਲੇ ਖਾਦ ਕਿਵੇਂ ਚਲੀ ਗਈ ਉਹੀ ਇਫਕੋ ਦੀ ਖਾਦ ਪ੍ਰਾਈਵੇਟ ਬੰਦੇ 1800 ਤੋਂ 2000 1600 ਨੂੰ ਦੇ ਰਹੇ ਨੇ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਹੇ ਨੇ ਉਹ ਜੇ ਇਫਕੋ ਦਾ ਰੈਕ ਸਰਕਾਰੀ ਸੀ ਤਾਂ ਉਹ ਫਿਰ ਪ੍ਰਾਈਵੇਟ ਬੰਦਿਆਂ ਤੱਕ ਕਿਵੇਂ ਚਲਾ ਗਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਇਹ ਇਨਸਾਫ ਦਿਓ ਇਹ ਕਿੱਧਰ ਚਲਾ ਗਿਆ ਇਹ ਜਿਹੜੇ ਕਿਸਾਨ ਨੇ ਇਹ ਖਾਦ ਕਿਸਾਨਾਂ ਨੇ ਵਰਤਣੀ ਹੈ ਇਹ ਉਹਨਾਂ ਦੇ ਵਾਸਤੇ ਆ ਅਤੇ ਇਹ ਐਡੇ ਵੱਡੇ ਵੱਡੇ ਘਟਾਲੇ ਕਿਉਂ ਕੀਤੇ ਜਾ ਰਹੇ ਨੇ ਇਹਦੇ ਵਿੱਚ ਮੈਂ ਕਹੂੰਗਾ ਵੀ ਜਿੱਥੇ ਸੈਂਟਰ ਸਰਕਾਰ ਦੋਸ਼ੀ ਹੈ ਇਸ ਦੇ ਬਰਾਬਰ ਦੀ ਹੱਕਦਾਰ ਜਿਹੜੀ ਸਟੇਟ ਸਰਕਾਰ ਹੈ ਜੇ ਸਟੇਟ ਸਰਕਾਰ ਚਾਹੇ ਇੱਥੇ ਸਟੇਟ ਦੇ ਵਿੱਚ ਇਹ ਕਿਉਂ ਹਾਲ ਹੋਵੇ ਇਹ ਸਿਰਫ ਜਿਹੜਾ ਦਿੱਲੀ ਅੰਦੋਲਨ ਚੱਲ ਰਿਹਾ ਹੈ ਇਹ ਪਿੱਛੋਂ ਸਾਜ਼ਿਸ਼ਾਂ ਕਰ ਰਹੇ ਨੇ ਵੀ ਉਸ ਨੂੰ ਅੰਦੋਲਨ ਨੂੰ ਢਾਹ ਲਾਈ ਜਾਵੇ ਵੀ ਕਿਸਾਨਾਂ ਦਾ ਖਿਆਲ ਇੱਧਰ ਹੋ ਜਾਵੇ ਉੱਥੇ ਤਾਂ DAP ਨਹੀਂ ਮਿਲਣ ਰਹੀ ਅਸੀਂ ਪਿੱਛੇ ਨੂੰ ਜਾਂਦੇ ਹਾਂ DAP ਲੈ ਕੇ ਕਣਕ ਬੀਜਾਂਗੇ ਪਰ ਇਹ ਕਿਸੇ ਵੀ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ ਜਿਹੜਾ ਸਾਡਾ ਦਿੱਲੀ ਅੰਦੋਲਨ ਹੈ ਉਹ ਵੀ ਇਸ ਤਰ੍ਹਾਂ ਚੱਲਦਾ ਰਹੇਗਾ ਜਿੱਤੇ ਤੋਂ ਬਗੈਰ ਉੱਥੋਂ ਵਾਪਸ ਨਹੀਂ ਆਵਾਂਗੇ ਉੱਥੋਂ ਵੀ ਜਿੱਤ ਕੇ ਵਾਪਸ ਆਵਾਂਗੇ ਇੱਥੇ ਵੀ ਸਾਰੇ ਕਿਸਾਨਾਂ ਨੂੰ ਖਾਦ ਦਵਾਈ ਜਾਵੇਗੀ ਇਹ ਉਨਾ ਚਿਰ ਸਾਡਾ ਸੰਘਰਸ਼ ਜਾਰੀ ਰਹੇਗਾ ਜਿੰਨੇ ਚਿਰ ਉੱਚ ਅਧਿਕਾਰੀ ਸਾਡੇ ਨਾਲ ਆਣ ਕੇ ਗੱਲ ਕਰਕੇ ਫੈਸਲਾ ਕਰਕੇ ਇਹ ਸਾਡੇ ਜਿਹੜੇ ਬਣਦੇ ਹੱਕ ਕਿਸਾਨਾਂ ਨੂੰ ਮਿਲਦੇ ਨਹੀਂ ਇਹਨੀਆਂ ਕੋ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਨਾਲ ਇੱਕ ਹੋਰ ਕਿਸਾਨ ਆਗੂ ਮੌਜੂਦ ਨੇ ਤ੍ਰਾਸਦੀ ਵੇਖੋ ਸਾਡੇ ਕਿਸਾਨਾਂ ਦੀ 1200 ਨੂੰ 1600 ਨੂੰ 1800 ਨੂੰ ਸਰਕਾਰ ਜਦੋਂ ਕਹਿੰਦੇ ਆ ਵੀ ਆਪਦੀ ਮਰਜ਼ੀ ਨਾਲ ਰੇਟ ਲਾ ਰਹੇ ਆ ਮਰਜ਼ੀ ਨਾਲ ਸਬਸਿਡੀਆਂ ਦੇ ਰਹੀ ਹੈ ਲੇਕਿਨ ਤ੍ਰਾਸਦੀ ਫਿਰ ਵੀ ਇੱਕ ਸਾਨੂੰ ਜਿਹੜੇ ਜਿੰਨੇ ਪੰਜਾਬ ਦੇ ਵਿੱਚ ਕਿੱਲੇ ਆ ਖਾਦ DAP ਲੋੜ ਹੁੰਦੀ ਹੈ ਲੇਕਿਨ ਸਰਕਾਰਾਂ ਜਿਹੜਾ ਉਸ ਵੱਲੇ ਅਪਰੋਚ ਨਹੀਂ ਕਰ ਰਹੀਆਂ ਸਰਕਾਰਾਂ ਦੀ ਬਹੁਤ ਵੱਡੀ ਅਣਗਹਿਲੀ ਹੈ ਜਦੋਂ ਕਿਸੇ ਚੀਜ਼ ਦੀ ਖਾਦ ਤੋਂ ਆਪਣੇ ਕਿਸਾਨਾਂ ਨੂੰ ਲੋੜ ਹੁੰਦੀ ਹੈ ਉਹ ਚੀਜ਼ ਦੀ ਜੇ ਬਹੁਤ ਵੱਡੀ ਜਿਹੜੀ ਘਾਟ ਆਉਂਦੀ ਹੈ ਸਾਡੇ ਨਾਲ ਇੱਕ ਹੋਰ ਕਿਸਾਨ ਆਗੂ ਮੌਜੂਦ ਨੇ ਉਹ ਇਸ ਬਾਰੇ ਕੀ ਕਹਿੰਦੇ ਬਹੁਤ ਹੀ ਸਤਿਕਾਰਯੋਗ ਮੇਰੇ ਕਿਸਾਨ ਅਤੇ ਮਜ਼ਦੂਰ ਭਰਾਓ ਮੈਂ ਸੁਖਵੀਰ ਸਿੰਘ ਬੱਲ ਜ਼ਿਲ੍ਹਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਭਰਾਓ ਤੁਹਾਨੂੰ ਆਪਣੇ ਵੀਰ ਨੇ ਦੱਸ ਹੀ ਦਿੱਤਾ ਕਿ ਕਿਵੇਂ ਟ੍ਰੇਨ ਚੱਲੀ ਆ ਕਿਵੇਂ ਪ੍ਰਸ਼ਾਸਨ ਨੇ ਛੱਡੀ ਆ ਉੱਥੋਂ ਗੱਲਬਾਤ ਚੱਲ ਰਹੀ ਸੀ ਪ੍ਰਸ਼ਾਸਨ ਦੇ ਨਾਲ ਅਤੇ ਪ੍ਰਸ਼ਾਸਨ ਨੇ ਉੱਥੋਂ ਚੋਰੀ ਜਿਹੜੀ ਆ ਟ੍ਰੇਨ ਇਹਦੇ ਨੂੰ ਜਲੰਧਰ ਵੱਲ ਨੂੰ ਭੇਜ ਦਿੱਤੀ ਸੀ
इतने रस्ते दे अपने फिर किसानों को पता लगा तो इतने अपने आगुआ ने फिर आके ट्रेन रोक ली आ। सो भराओ ये लुट हो रही है किसानों की जान पुछ के ये लुट कर दी खातर ये कर रहे हैं। असी ये चेतावनी दें कि ये लुट हम बंद कर दौ हूँ। इस वक्त साढ़े ना एक होर भैन जुड़े हैं भारतीय किसान जो क्रांतिकारी तो और सुन रहे हैं विचार जी ट्रेन मतलब रुकी गई है की कहें उस पर। जी मेरा नाम बलजीत कौर है तो मैं भारतीय किसान यूनियन क्रांतिकारी की औरत विंग की जिला आगू हाँ। अज असी जी ट्रेन रोकी है सारे पता ही है भी तकरीबन महीना हो गया भी किसान भरा बड़े तंग आए पे है भी उन्होंने कणक की बिजाई करनी है तो DAP खाद नहीं मिलती पी मिलती कितने पी है ब्लैक च मिलती पी है जिते 1600-1900 तो 2000 रुपया वह भरते हैं फिर मिलती है। देखो जी कि चिर सानू साल हो गया असी बार्डर से जाके बैठे तो कि चिर सानू आपके हकों के लिए हर रोज़ धरनिया बहना पेगा तो फिर साड़िया मंगा पूरिया हो गई। सरकार 70-75 साल हो गए वोटा लैण के दावे करके साढ़े वड़े वड़े वादे करके हर बार पिछे हट जाते हैं। चरणजीत चन्नी साहब नूं असीं यही गल कहना चाहवांगे भी बड़े वड़े वादे करते TV के अगे आके उन्हां वादियां दे विचों अज तक उन्होंने DAP खाद बारे कुछ भी नहीं बोल के गए। जिथे किसान भरा बड़े औखे हो रहे हैं असीं उन्हां तों मंग करते हैं प्रशासन तो मंग करते हैं कि जिहड़ी खाद अज असीं ट्रेन रोकी है किसानों तक पहुँचाई जाए सही हत्थां च पहुँचाई जाए ब्लैक तो कारपोरेट घराने तो इन्हों बचाया जाए। सो असी यही मांग करते हैं भी सही हाथों के खाद जी पहुँचाई जाए। वाहेगुरू जी का खालसा वाहेगुरू जी का फतेह। मोहन सिंह भारतीय किसान यूनियन क्रांतिकारी का ब्लाक प्रधान मल्ला वाला वाहेगुरू जी। असी अज मल्ला स्टेशन से माल ट्रेन रोकी हुई है जिदे DAP खाद आई हुई है। सो साडे किसान भीर DAP खाद तो एडे परेशान ने ते सानू DAP खाद जिहड़ी आ लोड़ मुताबक नहीं मिल रही। हो की रहा है इतों अज तो 6-7 दिन की जी अज तो 6-7 दिन पहला जो IFFCO का रेक लगा सी उस स्टैडियां उतों का भेजते हैं 1200 या 800 का ट्रक लेकिन स्टैडियां दे विच जिहड़ी आ 300 या 400 बोरी जिहड़ी उह जा रही है जिहड़ी ब्लैक मनी हो रही है खाद की लै रही आ। उस साडे जिहड़े वड्डे तनाट आड़तके जां जिहड़े लीडरां दे चागड़े ने ये उन्हां दे कोल लै रही है। सानू खतरा है कि जिहड़ी ये खाद है ये ब्लैक हत्था च आ गई तो सानू इहो खाद जिहड़ी आ 1200 छड के 1600-1800 नूं मिलते हो। असी प्रशासन तो मंग करते हैं तुरंत प्रशासन इतने रेलवे स्टेशन पर आ गए किसानों जिनी खाद की लोड़ है वो खाद की पूर्ति करे। दूसरी गल एक आ जितना IFFCO खाद का रैक लगा है उस दिन मेरे ख्याल घट्टो घट 20 बोगियां जिहड़ियां झोने दियां आईयां ने जिहड़ियां डीलर ने लियांदियां ने। सो 60 तां जमाबंदियां मंगियां जांदियां ने लेकिन जिहड़ी ओह 20 बोगियां दा झोना आया ओह किहदे आर्डर नाल आया किहड़े बंदे ने लियांदा ओहदी जिहड़ी आ पुणछाण होनी चाहीदी आ। दूजी हैरानगी दी गल इह आ वीरो अगे लोग ब्लैक करदे कोई पोस्ट दी करदा कोई फीम दी करदा ही लेकिन ये ब्लैक DAP खाद की हो रही है साडे जिहड़े किसानां दी शरेआम लुट हो रही है। प्रशासन साडी कोई गल नहीं सुन रहा। DC तक भी असी पहुँच की है CAD नूं भी असी कह चुके हैं भी आ गल हो रही है इतों दे डीलर ने वड्डे डीलर ने जां वड्डे तनाट आड़तके ने ये खाद लैके ते सानू 1200-1600 नूं वेच रहे ने और नाल जिहड़ा गंद पिल जंक एरा वगैरह सल्फर वो दे रहे ने। जे असी उन्हां नूं अगों सवाल करते हैं भी भाई सानू यूरिया ते बेशक दे दो साडे काम आजू जिहड़ियां इह चीज़ां सानू जबरदस्ती दे रहे जी क्यों दे रहे जी वह सानू अगों ये जवाब देंदे आ जिहड़े डीलरां तों असी खाद चुक के लियाउणे आ जां सूईए आ जां सच दे वाले आ वो सानू इह गल कहिंदे भी जी आ समान चुकोगे तो तुहानू DAP देनी आ नहीं तो असी DAP नहीं देनी। सो जिहड़े इहो जिहे जिहड़े शख्स बैठे जिहड़े नागरमा च बैठे आ इहनां नूं नत्त पाउणी चाहीदी आ। सो साडी इहो बेनती आ भी इह जी DAP खाद है 1200 रेट ते किसानां तक पहुँचाई जाए। सो असी प्रशासन का धन्नवाद करांगे जेकर इस रेट ते किसानां नूं खाद मिलदी है। पंजाब दे विच इक बहुत वड्डी गल मशहूर है इस टाइम कहिंदे भी खाद नहीं कदों मिलदी पहुँच कितना भी नहीं मिलती पर चिट्टा घरों घर पहुँचा दिता जाता बहुत वड्डी त्रासदी साडी भी सानू सवेर तो लगे अज वेखो प्राइवेट स्कूल एसोसीएशन वालों पूरे पंजाब दे धरना लाया जा रहा कोई दिन कोई घंटा कोई यहोजा मिनट नहीं जो पंजाब दे धरना ना लगा वे जिहड़ा प्रशासन है भावें वह पंजाब सरकार भावें सेंटर सरकार मोदी सरकार हो किसी तरह की वो नलायकी हरेक फील्ड के साडी
साड़िया मुढ़िया लोड़ा खास तौर पर किसानी दौड़ा और हरेक तरह सरकार हरेक ब्रांड से फेल हो चुकी है। असं प्रशासन को वो बेनती करते हैं भाई अपने जोड़ा वो दुरुस्त किया जाए सिस्टम सारे और किसानों जोड़ा पूरे सही रेट से जोड़ा किसान डी जी है डी ए पी किसान खाद मुहैया कराई। वाहगुरू जी का खालसा वाहगुरू जी की।